गल करांगे सुल्तानपुर लोधी दे बारे। सुल्तानपुर लोधी श्री गुरु नानक देव जी की चरण छो प्राप्त पवित्र काली वेदी कार सेवा की 22वीं वरेगंड वड्डे पद्धर ते निर्मल कुटिया सुल्तानपुर लोधी विखे मनाई जा रही है। इस संबंधी जानकारी दिंदे हुए वातावरण प्रेमी संत बलबीर सिंह सीचेवाल ने दस्या कि वरेगंड दीआं तैयारियां वड्डे पद्धर ते जारी है। उन्होंने दस्या कि वरेगंड समागम दे लई इलाके दे लोकां अते वख-वख महापुरशां दीआं ड्यूटियां लगाईआं गईआं ने। नाल ही उन्हां दा कहना सी कि पवित्र काली वेई दी वरेगंड 17 जुलाई नूं सुल्तानपुर लोधी विखे काली वेई किनारे धूमधाम नाल मनाई जाएगी, जिस दे विच पंजाब दे मुख्यमंत्री भगवंत मान अते वख-वख होर शख्सियतां वी पहुंच रहीआं ने। इस दे बारे जानकारी दिंदे हुए होर की कहना सी वातावरण प्रेमी संत बलबीर सिंह सीचेवाल दा, आओ सुनाउंदे आ तुहानू। बेनती करन वास्ते कि पर कल नूं आरंभ होणगे साहिब श्री गुरु ग्रंथ साहिब दे लाही बाणी दे पाठ, ते परसों नूं संगरांदा दिहाड़ा मनाया जाऊगा, ते नाल ही शाम नूं जिहड़ा है कीर्तन ਅਤੇ ਨਾਲ ਰਬਾਬ ਦੇ ਨਾਲ ਕੀਰਤਨ ਹੋਊਗਾ ਅਤੇ ਕਵੀ ਦਰਬਾਰ ਹੋਊਗਾ, ਜਿਹਦੇ ਵਿੱਚ ਵੱਖ ਵੱਖ ਕਵੀ ਹੋਣਗੇ ਅਤੇ ਇਨਵਾਇਰਮੈਂਟ ਦੇ ਵਿਸ਼ੇ ਦੇ ਉੱਤੇ ਸਾਰੀਆਂ ਵਿਚਾਰ ਹੋਣਗੇ। ਅਤੇ 17 ਤਰੀਕ ਨੂੰ ਅਖੰਡ ਪਾਠ ਦੇ ਭੋਗ ਪੈਣਗੇ ਹਰ ਸਾਲ ਦੀ ਤਰ੍ਹਾਂ, ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸੋ ਪ੍ਰਾਪਤ ਪਵਿੱਤਰ ਵੇਈ, ਜੋ 22 ਸਾਲ ਪਹਿਲਾਂ ਇਹਦਾ ਸੇਵਾ ਦਾ ਕਾਰਜ ਆਰੰਭ ਹੋਇਆ ਸੀ, ਵਾਤਾਵਰਣ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ। ਸੋ ਉਸ ਮੁਹਿੰਮ ਨੂੰ ਹਰ ਸਾਲ ਇਸ ਦਿਹਾੜੇ ਦੇ ਰੂਪ ਵਿੱਚ ਮਨਾਉਂਦੇ ਹਾਂ, ਅਤੇ ਜਿਹਦੇ ਵਿੱਚ ਵੱਖ ਵੱਖ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ, ਬੁੱਧੀਜੀਵ ਵਰਗ, ਪੱਤਰਕਾਰ, ਇਨਵਾਇਰਮੈਂਟ ਦੇ ਨਾਲ ਵੱਖ ਵੱਖ ਵਿਸ਼ਿਆਂ ਦੇ ਉੱਤੇ ਵਿਚਾਰਾਂ ਕਰਨ ਵਾਲੇ ਜਿਹੜੇ ਹੈ ਉਹ ਵਿਦਵਾਨ ਪਹੁੰਚਣਗੇ। ਅਤੇ ਸਾਡੀ ਸਾਰੀ ਗੁਰੂ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ, ਕਿਉਂਕਿ ਵਾਤਾਵਰਣ ਦਾ ਮੁੱਦਾ ਹੁਣ ਕਿਸੇ ਸਟੇਟ ਦਾ ਮੁੱਦਾ ਨਹੀਂ ਰਹਿ ਗਿਆ, ਇਹ ਦੁਨੀਆ ਭਰ ਦਾ ਇਨਵਾਇਰਮੈਂਟ ਦਾ ਮੁੱਦਾ, ਅੱਜ ਦੁਨੀਆ ਦੇ ਵਿੱਚ ਗਲੋਬਲ ਵਾਰਮਿੰਗ ਦਾ ਜੋ ਦਿਸ ਰਿਹਾ ਲੱਛਣ, ਜਿਹਦੇ ਨਾਲ ਨਾਲ ਆਪਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪਹਾੜਾਂ ਦੇ ਵਿੱਚ ਜਿਹੜੇ ਹੈ ਗਲੇਸ਼ੀਅਰ ਖੁਰ ਰਹੇ ਆ, ਬੱਦਲ ਫਟ ਰਹੇ ਆ, ਹੜ੍ਹ ਆ ਰਹੇ ਆ, ਐਤਕੀ ਜਿਸ ਤਰ੍ਹਾਂ ਗਰਮੀ ਦੇ ਨਾਲ ਕਣਕ ਦਾ ਬਹੁਤ ਝਾੜ ਘਟਿਆ, ਅਤੇ ਬਹੁਤ ਕੁਛ ਜਿਹੜਾ ਹੈਗਾ ਅਨਨੈਚੁਰਲੀ ਹੋ ਰਿਹਾ। ਸੋ ਇਹਦੇ ਵਿੱਚ ਲਗਾਤਾਰ ਜੋ ਅਸੀਂ ਜਿਹੜੇ ਹੈ ਵਾਤਾਵਰਣ ਦੇ ਨਾਲ ਖਿਲਵਾੜ ਕਰ ਰਹੇ ਹਾਂ, ਕੁਦਰਤੀ ਨੈਚੁਰਲ ਸੋਮਿਆਂ ਦੇ ਨਾਲ ਖਿਲਵਾੜ ਕਰ ਰਹੇ ਹਾਂ, ਜਾਂ ਕੁਦਰਤ ਦੇ ਵਿਰੁੱਧ ਜੋ ਵੀ ਅਸੀਂ ਮਨੁੱਖ ਜਿਹੜਾ ਹੈ ਆਪਣੀ ਤਾਕਤ ਜਮਾ ਰਿਹਾ, ਉਹਦੇ ਨਾਲ ਜਦੋਂ ਕੁਦਰਤ ਵਾਲਾ ਥੋੜ੍ਹਾ ਬਹੁਤਾ ਹਲੂਣਾ ਦਿੰਦਾ, ਉਦੋਂ ਉਹਦਾ ਦਿੱਤਾ ਹੋਇਆ ਹਲੂਣਾ ਮਨੁੱਖ ਦੇ ਬਰਦਾਸ਼ਤ ਕਰਨ ਤੋਂ ਵੀ ਬਾਹਰ ਹੁੰਦਾ। ਸੋ ਇਸ ਵੇਲੇ ਬਹੁਤ ਵੱਡੀ ਲੋੜ ਹੈ ਕਿ ਵਿਸ਼ਵ ਪੱਧਰੀ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ, ਅਸੀਂ ਜਿੱਥੇ ਵੀ ਰਹਿ ਰਹੇ ਹਾਂ, ਜਿੱਥੇ ਵੀ ਬਹਿ ਰਹੇ ਹਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਉੱਥੇ ਦੇ ਇਨਵਾਇਰਮੈਂਟ ਨੂੰ ਸੰਭਾਲੀਏ। ਇਹੀ ਸੰਦੇਸ਼ ਜਿਹੜਾ ਹੈ ਉਸ ਦਿਨ ਹੋਊਗਾ, ਇਸੇ ਵਾਸਤੇ ਸਾਰਾ ਪ੍ਰੋਗਰਾਮ ਰੱਖਿਆ ਗਿਆ।